ਤੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਕੰਸੋਈਆਂ ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜੋ ਆਗੂ 3 ਮਹੀਨਿਆਂ ਵਿੱਚ ਆਪਣੇ ਰਾਜਨੀਤਿਕ ਭਵਿੱਖ ਬਾਰੇ ਫੈਸਲਾ ਨਹੀਂ ਲੈ ਸਕਦਾ ਉਹ ਪੰਜਾਬ ਦਾ ਕੀ ਭਲਾ ਕਰੇਗਾ। ਮਹਿੰਦਰਾ ਨੇ ਨਾਲ ਇਹ ਵੀ ਕਿਹਾ ਕਿ ਸਿੱਧੂ ਤੇ ਧੋਖਾਬਾਜ਼ ਉਹਨਾਂ ਨੇ ਧੋਖੇਬਾਜ਼ ਹੋਣ ਦਾ ਇਲਜ਼ਾਮ ਲਗਾਇਆ। ਉਹਨਾਂ ਮੁਤਾਬਕ ਦੇਸ਼ ਦੀ 125 ਕਰੋੜ ਦੀ ਆਬਾਦੀ ਵਿੱਚੋਂ ਸਿਰਫ 12 ਰਾਜ ਸਭਾ ਸਾਂਸਦ ਨਾਮਜ਼ਦ ਕੀਤੇ ਜਾਂਦੇ ਨੇ, ਜਿਨ੍ਹਾਂ ਵਿੱਚੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ਵਾਸ ਕਰਦੇ ਹੋਏ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਸਾਂਸਦ ਬਣਾਇਆ ਗਿਆ ਸੀ। ਪਰ ਸਿੱਧੂ ਨੇ ਉਹਨਾਂ ਨੂੰ ਵੀ ਧੋਖਾ ਦੇ ਦਿੱਤਾ। ਕਾਂਗਰਸ ਬਹੁਤ ਵੱਡੀ ਪਾਰਟੀ ਹੈ, ਇੱਕ ਗੱਲ ਬੜੀ ਦੇਖਣ ਵਾਲੀ ਸੋਚਣ ਸਮਝਣ ਵਾਲੀ ਹੈ ਕਿ ਸਿੱਧੂ ਸਾਹਿਬ ਆਪ ਕੀ ਸੋਚ ਰਹੇ ਨੇ। ਜਿਹੜਾ ਬੰਦਾ 3 ਮਹੀਨੇ ਆਪਣਾ ਮਾਇੰਡ ਬਣਾਉਣ 'ਚ, ਆਪਣਾ ਫੈਸਲਾ ਕਰਨ 'ਚ ਲਾਤੇ 3 ਮਹੀਨੇ, ਇੰਨਾ ਫਰਿਕਲ ਮਾਇੰਡ ਨੇ, ਉਹ ਮੈਨੂੰ ਦੱਸੋ ਪੰਜਾਬ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਗੱਲ ਰਾਜਨੀਤੀ ਕਰਨਾ ਚਾਹੁੰਗੇ। ਬੀਜੇਪੀ ਨੇ, ਮੋਦੀ ਨੇ ਇੱਕ ਸਿੱਧੂ ਚੁਣਿਆ, ਉਹਨਾਂ 12 'ਚ 120 ਕਰੋੜ ਦੇ ਮੁਲਕ ਵਿੱਚ 12 'ਚ ਸਿੱਧੂ ਚੁਣਿਆ, ਅਤੇ ਜੇ ਉਹ ਐਡੀ ਬੜੀ ਗੱਲ ਨੂੰ ਨਹੀਂ ਆਦਰ ਕਰ ਸਤਿਕਾਰ ਕਰ ਸਕਿਆ ਤਾਂ ਹੁਣ ਅੱਗੇ ਪੰਜਾਬ ਦਾ ਕੀ ਕਰੂਗਾ, ਮੈਨੂੰ ਨਹੀਂ ਸਮਝ ਆਉਂਦੀ ਇਸ ਗੱਲ 'ਚ।